ਹਾਂ ਜੀ, ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ। ਬਾਬਾ ਜੀ, ਅਸੀਂ ਉਸ ਜਗ੍ਹਾ 'ਤੇ ਪਹੁੰਚੇ ਹਾਂ ਜੀ ਜਿੱਥੋਂ ਦਰਬਾਰ ਸਾਹਿਬ ਕਰਤਾਰਪੁਰ ਦਾ ਲਾਂਘਾ, ਜਿਹਨੂੰ ਕਿਹਾ ਜਾ ਰਿਹਾ ਕਿ ਲਾਂਘਾ ਜਿਹੜਾ ਬੰਨਾ ਹੈ, ਔਰ ਉਸ ਟਰੈਕ ਦੇ ਉੱਤੇ ਆ ਕੇ ਖੜ੍ਹਾ ਹੋ ਗਿਆ ਕਿ ਜਿਹਦੀ ਗਵਰਨਮੈਂਟ ਆਫ ਪਾਕਿਸਤਾਨ ਵੱਲੋਂ ਸਰਵੇ ਵੀ ਹੋ ਚੁੱਕਿਆ, ਮਈਅਰਮੈਂਟਸ ਵੀ ਹੋ ਚੁੱਕੀਆਂ ਨੇ, ਔਰ ਮੇਰੀ ਬੈਕ ਸਾਈਡ ਦੇ ਉੱਤੇ ਉਹ ਪਵਿੱਤਰ ਅਸਥਾਨ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੇ 18 ਸਾਲ ਗੁਜ਼ਾਰੇ, ਔਰ ਇਹੀ ਉਹ ਜਗ੍ਹਾ ਹੈ, ਇਹੀ ਉਹ ਪਵਨ ਅਸਥਾਨ ਹੈ ਜਿੱਥੇ ਉਹਨਾਂ ਨੇ 3 ਆਰਡਰਸ ਜਾਰੀ ਕੀਤੇ ਸੀ, 3 ਹੁਕਮ ਦਿੱਤੇ ਸਨ। ਨਾਮ ਜਪੋ, ਇੱਕ ਅੱਲਾ ਦੀ ਇਬਾਦਤ ਕਰੋ, ਕਿਰਤ ਕਰੋ ਯਾਨੀ ਕਿ ਆਪਣੇ ਹੱਥ ਦੀ ਕਰਕੇ ਖਾਓ, ਵੰਡ ਛਕੋ ਯਾਨੀ ਕਿ ਆਪਣੇ ਜਿਹੜਾ ਤੁਸੀਂ ਤੁਹਾਡੇ ਕੋਲ ਹੈ ਤੁਸੀਂ ਜ਼ਰੂਰਤਮੰਦ ਨੂੰ ਦੇ ਕੇ ਖਾਓ, ਯਾਨੀ ਕਿ ਲੰਗਰ ਦਾ ਕੋਨਸੈਪਟ ਜਿਹੜਾ ਉਹ ਇੱਥੋਂ ਜਾਰੀ ਹੁੰਦਾ। ਅਤੇ ਉਹ ਇਹ ਜਿਹੜੀ ਜ਼ਮੀਨ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਵੇਲੇ ਅੰਡਰ ਦਾ ਵਾਟਰ ਹੈ ਜੀ, ਪਲੀਜ਼, ਅੰਡਰ ਦਾ ਵਾਟਰ ਇਸ ਵੇਲੇ ਜਿਹੜੀ ਜ਼ਮੀਨ ਹੈ ਸਾਰੀ ਉਹ ਤੁਸੀਂ ਅਗਰ ਦੇਖੋ ਤਾਂ ਇਹ ਜਿਹੜੀ ਸਾਰੀ ਜ਼ਮੀਨ ਹੈ ਉਹ ਬਹੀਂ ਦਾ ਕਿਨਾਰਾ ਹੈ ਬਿਲਕੁਲ, ਔਰ ਬਾਰਿਸ਼ਾਂ ਜ਼ਿਆਦਾ ਹੋਣ ਪਾਰੋਂ ਹੜ੍ਹ ਆਇਆ ਹੋਇਆ ਹੈ। ਇਸ ਬਹੀਂ ਜਿਹੜੀ ਨਦੀ ਹੈ ਇਹ ਕਸ਼ਮੀਰ ਦੇ ਵਿੱਚੋਂ ਆਉਂਦੀ ਹੈ, ਇੱਕ ਸਮਝ ਲਓ ਕਿ 5 ਨਾਲੇ ਜਿਹੜੇ ਨੇ ਸਿਆਲਕੋਟ ਦੇ ਅੰਦਰ ਵਗਦੇ ਨੇ। ਆਓ ਅਸੀਂ ਤੁਹਾਨੂੰ ਚੱਲਦੇ ਹਾਂ ਵਿੱਚ ਜਾ ਕੇ ਥੋੜ੍ਹਾ ਜਿੰਨਾ ਦੱਸਦੇ ਹਾਂ ਇਹ ਨਦੀਆਂ ਜਿਹੜੀਆਂ ਨੇ ਜਾਂ ਬਰਸਾਤੀ ਨਾਲੇ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ, ਜਿਹੜੇ ਸਾਰੇ ਮੌਜਬ ਜਿਹੜਾ ਬਣਦਾ ਉਹਨਾਂ ਦਾ ਕਸ਼ਮੀਰ ਬਣਦਾ, ਔਰ ਅਗਲੀ ਸਟੋਰੀ ਜਿਹੜੀ ਹੈ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜੀ ਜੁੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ।